ਅਪਲਾਈ ਕੀਤੀ ਹੋਈ ਪਹਿਲਾਂ ਸੀਗੀ। ਮੈਡਮ ਮੈਨੂੰ ਇਹ ਦੱਸੋ ਕਿ ਤੁਸੀਂ ਨਰਸਿੰਗ ਕੀਤੀ ਹੋਈ ਹੈ, ਹਾਂਜੀ ਕੀਤੀ ਹੋਈ ਆ। ਔਰ ਨਰਸਿੰਗ ਕਰਨ ਤੋਂ ਬਾਅਦ ਤੁਸੀਂ ਇਸੇ ਸਾਲ ਨੈਨੀ ਦਾ LMI ਦੇ ਬੇਸ ਦੇ ਉੱਪਰ ਲਗਾਇਆ ਸੀ ਵੀਜ਼ਾ। ਹਾਂਜੀ ਮੈਂ ਆਪਦੇ ਵੀ ਬ੍ਰਦਰ ਇਨ ਲਾ ਦਾ ਬੇਟਾ ਸੰਬੰਧੀ ਮਤਲਬ ਉਹਨਾਂ ਨੇ ਜਿਹੜਾ ਸੀ ਉਹਨੂੰ, LMI ਲਿਆ ਸੀਗਾ ਤੁਸੀਂ, ਹਾਂਜੀ ਲਿਆ ਹੋਇਆ ਤੇ ਸੀ ਉਹਨਾਂ ਦਾ। LMI ਦੀ ਜ਼ਰੂਰਤ ਨਹੀਂ ਹੈ। ਹਾਂਜੀ ਹੁਣ ਤਾਂ ਹੈ ਨਹੀਂ, ਪਹਿਲਾਂ ਲਿਆ। ਨਰਸਿੰਗ ਦੀ ਕੀ ਕੀਤਾ ਹੋਇਆ ਨਰਸਿੰਗ ਕੀਤੀ ਹੋਈ ਹੈ। ਕਿੱਦਾਂ ਸਰ, ਮੈਡਮ? GNM GNM ਕੀਤੀ? ਕੀਤੀ ਹੈ ਕਿ ਹਾਂਜੀ BSC ਕੀਤੀ ਹੈ? GNM ਕੀਤੀ ਹੋਈ ਹੈ ਸਰ। ਅੱਛਾ, ਤੇ ਫਿਰ ਤੁਸੀਂ ਉਹਨਾਂ ਦਾ ਆ ਗਿਆ, ਤੁਸੀਂ ਅਪਲਾਈ ਕਰ ਦਿੱਤਾ ਤੇ ਤੁਹਾਡਾ ਇੰਟਰਵਿਊ ਹੋਇਆ। ਹਾਂਜੀ 6 ਮਈ ਦਾ ਸੀ ਇੰਟਰਵਿਊ ਮੇਰਾ, ਅੱਛਾ, ਕਿੱਥੇ ਦਿੱਲੀ ਹੋਇਆ ਸੀ ਇੰਟਰਵਿਊ? ਦਿੱਲੀ ਹੋਇਆ ਸੀ ਸਰ। ਉਹਨਾਂ ਨੇ ਕੀ ਸਵਾਲ ਪੁੱਛੇ ਤੁਹਾਨੂੰ? ਉਹਨਾਂ ਨੇ ਸਰ ਮੈਥੋਂ ਨੈਣੀ ਦੇ ਰਿਲੇਟਡ ਸਿਰਫ ਮੈਥੋਂ ਨਾਂ ਪੁੱਛ ਲਿਆ ਵੀ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਉਹ ਕੀ ਕੰਮ ਕਰਦੇ ਨੇ ਉਧਰ, ਹਨਾ, ਤੇ ਵੀ ਕਿੰਨੇ ਤੋਂ ਕਿੰਨੇ ਕੰਮ ਤੇ ਜਾਂਦੇ ਨੇ, ਤੁਹਾਡਾ ਰਿਲੇਸ਼ਨ ਕੀ ਹੈ। ਰਿਲੇਸ਼ਨ ਸਾਡਾ ਸ਼ੋ ਕੀਤਾ ਹੋਇਆ ਸੀਗਾ, ਹਨਾ, ਮੇਰੇ ਬ੍ਰਦਰ ਇਨ ਲਾ ਨੇ ਬਸ ਉਹਨਾਂ ਨੇ ਮੇਰੇ ਹਸਬੈਂਡ ਨੂੰ ਫੜ ਲਿਆ ਵੀ ਉਹ ਕੀ ਖੇਤੀ ਕਰਦੇ ਨੇ, ਤੁਸੀਂ ਕੀ ਖੇਤ ਦੇ ਵਿੱਚ ਬੀਜਦੇ ਹੋ, ਤੁਹਾਡੇ ਕੀ ਪਸ਼ੂ ਨੇ, ਕੀ ਤੁਹਾਡੀ ਮਸ਼ੀਨਰੀ ਆ ਸਰ। ਇਹ ਬਸ ਮੈਨੂੰ ਤੁਹਾਡੀ ਸਮਝ ਇਹੀ ਆ ਰਹੀ ਗੱਲਾਂ ਸੀ ਮੈਨੂੰ ਕਿ ਇਹੀ ਗੱਲਾਂ ਉਹਨਾਂ ਮੈਨੂੰ ਨੇ ਇੰਟਰਵਿਊ, ਜਿਹੜਾ ਇੰਟਰਵਿਊ ਕਰ ਰਿਹਾ ਸੀ ਉਹ ਇੰਡੀਅਨ ਸੀ ਕਿ ਬਾਹਰ ਦਾ ਸੀ? ਨਹੀਂ ਬਾਹਰਲਾ ਸੀਗਾ, ਉਹਨੇ ਮੈਨੂੰ ਇੰਗਲਿਸ਼ ਚ ਪੁੱਛਿਆ ਸਰ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਉਹਨੇ ਮੈਨੂੰ ਜਦੋਂ ਕਿ ਮੈਂ ਇਹਦੇ ਬਾਰੇ ਪ੍ਰਿਪੇਅਰ ਨਹੀਂ ਹੈਗੀ ਸੀਗੀ, ਹਨਾ, ਵੀ ਮੇਰੇ ਹਸਬੈਂਡ ਮੈਨੂੰ ਹੁਣ ਅਸ਼ੋਰਟੀ ਨਹੀਂ ਸੀਗੀ, ਮੈਨੂੰ ਤਿਆਰੀ ਤਾਂ ਕਰਵਾਈ ਗਈ ਸੀ ਇੰਟਰਵਿਊ ਦੀ, ਬਾਹਰੋਂ ਹੀ ਮੈਨੂੰ ਸਾਰੀ ਫਾਈਲ ਭੇਜੀ ਹੋਈ ਸੀ ਉਹਨਾਂ ਨੇ ਵੀ ਆ ਕੁਐਸਚਨ ਤੁਸੀਂ ਯਾਦ ਕਰ ਲਓ, ਬਟ ਉਹਨਾਂ ਨੇ ਮੈਨੂੰ ਮੇਰੇ ਹਸਬੈਂਡ ਬਾਰੇ ਪੁੱਛਿਆ ਸਰ। ਨਹੀਂ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਨੈਣੀ ਬਾਰੇ ਵੀ ਸਵਾਲ ਕੀਤੇ ਤੁਹਾਨੂੰ, ਉਹ ਕੀ ਕੀਤੇ ਸਵਾਲ ਤੁਸੀਂ ਕਹਿ ਰਹੇ ਹੋ ਨੈਣੀ ਨੈਣੀ ਬਾਰੇ? ਬਾਰੇ ਨੈਣੀ ਬਾਰੇ ਤਾਂ ਸਿਰਫ ਮੈਨੂੰ ਇਹੀ ਕੁਛ ਪੁੱਛਿਆ ਗਿਆ ਗਾ ਵੀ ਤੁਸੀਂ ਤੁਹਾਨੂੰ ਸਪਾਂਸਰ ਕਿਹਨੇ ਕੀਤਾ ਗਾ, ਵੀ ਓਦਾਂ ਬੱਚੇ ਦਾ ਨਾਮ ਵੀ ਨਹੀਂ ਪੁੱਛਿਆ ਵੀ ਤੁਸੀਂ ਕਿਹਨੂੰ ਸੰਭਣ ਜਾ ਰਹੇ ਹੋ, ਨਹੀਂ ਫਿਰ ਨਾ ਤੁਹਾਨੂੰ ਕੁਛ। ਇਹਨੇ ਨੈਣੀ ਸਰਟੀਫਿਕੇਟ ਵੀ ਦੱਸਣ ਕੀ ਕਿਹਾ ਤੁਸੀਂ? ਉਹ ਤਾਂ ਉਹਨਾਂ ਨੇ ਮੈਥੋਂ ਕਿਹਾ, ਉਹਨਾਂ ਨੇ ਮੇਰੇ ਸਾਰੇ ਡਾਕੂਮੈਂਟ ਚੈੱਕ ਕੀਤੇ, ਮੈਂ ਆਪਦਾ ਐਕਸਪੀਰੀਅੰਸ ਵੀ ਦਿਖਾਇਆ, ਕਹਿੰਦੇ ਵੀ ਕੀ ਕਰਦੇ, ਮੈਂ ਕਿਹਾ ਵੀ ਮੈਂ ਜੌਬ ਕਰ ਰਹੀ ਹਾਂ ਇਸ ਟਾਈਮ ਤਾਂ, ਹਨਾ, ਤੇ ਉਹ ਕਹਿੰਦੇ ਵੀ ਤੁਸੀਂ ਆਪਦਾ ਨੈਣੀ ਸ਼ਹਿਰ ਦਾ ਸਰਟੀਫਿਕੇਟ ਦਿਖੋ, ਮੈਂ ਕਿਹਾ ਵੀ ਮੇਰੇ ਕੋਲ ਨਹੀਂ ਹੈਗਾ ਗਾ, ਹਨਾ, ਕਹਿੰਦੇ ਠੀਕ ਆ। ਨਹੀਂ ਤੁਸੀਂ ਕਿਹਾ ਨਹੀਂ ਵੀ ਮੈਂ ਨਰਸਿੰਗ ਕੀਤੀ ਹੈ ਤੇ ਮੈਂ ਤੇ ਬਿਹਤਰ ਕਰਾਂਗਾ। ਮੈਂ ਕਿਹਾ ਸੀ, ਮੈਂ ਕਿਹਾ ਮੈਮ ਮੈਂ ਨਰਸਿੰਗ ਕੀਤੀ ਹੋਈ ਆ ਵੀ ਮੈਂ ਇਸ ਟਾਈਮ ਵੀ ਜੌਬ ਕਰ ਰਹੀ ਆ, ਹਨਾ, ਉਹ ਕਹਿੰਦੇ ਵੀ ਨਹੀਂ ਤੁਸੀਂ ਨੈਣੀ ਕੇਅਰ ਦਾ ਸਰਟੀਫਿਕੇਟ ਹੈਗਾ ਤੁਹਾਡੇ ਕੋਲੇ ਤਾਂ ਮੈਨੂੰ ਦਿਓ ਪਲੀਜ਼, ਮੈਂ ਕਿਹਾ ਵੀ ਨੋ ਮੇਰੇ ਕੋਲੇ ਹੈ ਨਹੀਂ ਗਾ ਹੁਣ। ਹਾਂਜੀ ਜਦੋਂ ਮੇਰੇ ਕੋਲੇ ਹੈ ਹੀ ਨਹੀਂ ਸੀ, ਹੁਣ ਮੈਂ ਪਹਿਲਾਂ ਦਾ ਸ਼ੋ ਨਹੀਂ, ਮੇਰੇ ਕੋਲੇ ਪਹਿਲਾਂ ਸ਼ੋ ਕੀਤਾ ਹੋਇਆ ਵੀ ਮੈਂ ਐਕਸਪੀਰੀਅੰਸ ਹੀ ਸ਼ੋ ਕੀਤਾ ਹੋਇਆ ਵੀ ਮੈਂ ਜੋਬ ਤੁਹਾਡੇ ਕਰ ਕੋਲ ਰਹੀ ਹਾਂ। ਹੈ ਨਹੀਂ ਕਿਤੇ? ਠੀਕ ਹੈ, ਹਾਂਜੀ ਠੀਕ ਹੈ, ਠੀਕ। ਹਾਂਜੀ